ਇੱਕ ਦਿਲਜੀਤ ਦੀ ਦਿਲਜੀਤ ਬਾਈ ਦੀ ਮੂਵੀ ਦੀ ਮੰਗ ਰਹੇ ਆਟੋਗ੍ਰਾਫ ਉੱਚੀ ਮੰਗ ਰਹੇ ਹਾਂ ਜੀ ਫੇਮਸ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੋਹਿਲ ਖਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ ਉਹ ਟਿਕਟੋਕ ਦਾ ਚੱਲ ਰਿਹਾ ਦੋਸਤੋ, ਅਤੇ ਟਿਕਟੋਕ ਸਟਾਰ ਛੋਟਾ ਸਿੰਘ ਆ ਤੁਸੀਂ ਸਾਰੇ ਜਿਹਨੂੰ ਜਾਣਦੇ ਹੋ, ਅਤੇ ਅੱਜ ਉਹ ਇੱਥੇ ਮੋਹਾਲੀ ਆਇਆ ਹੋਇਆ, ਅਤੇ ਅਸੀਂ ਤੁਹਾਡੇ ਨਾਲ ਉਹਨੂੰ ਅੱਜ ਰੂਬਰੂ ਕਰਵਾਵਾਂਗੇ। ਅਤੇ ਆਓ ਫਿਰ, ਅਸੀਂ ਅੱਜ ਪਹੁੰਚੇ ਹੋਏ ਇੱਥੇ ਮੋਹਾਲੀ ਵੀਅਰ ਪੰਜਾਬ ਦੇ ਵਿੱਚ, ਅਤੇ ਆਓ ਪਹਿਲਾਂ ਉਹਨੂੰ ਲੱਭਦੇ ਹਾਂ, ਫਿਰ ਤੁਹਾਨੂੰ ਉਹਦੇ ਨਾਲ ਅਸੀਂ ਰੂਬਰੂ ਵੀ ਕਰਵਾਵਾਂਗੇ। ਆ ਜਾਓ ਜੀ। ਲੋ ਜੀ ਮਿਲ ਗਿਆ ਛੋਟਾ ਸਿੰਘਾ ਮਿਲ ਗਿਆ, ਅਤੇ ਆ ਜਾਓ ਫਿਰ ਉਹਨਾਂ ਨੂੰ ਮਿਲਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਭਾਈ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਤੂੰ ਮਾਮਾ ਇੱਥੇ ਲੱਭ, ਮੈਂ ਤੈਨੂੰ ਲੱਭ ਗੁਰਦਾਸਪੁਰ ਗਿਆ ਤੈਨੂੰ ਲੱਭਣ, ਫਿਰ ਚੰਡੀਗੜ੍ਹ ਮਿਲ ਗਿਆ, ਤੂੰ ਇੱਥੇ ਬੈਠਾ ਹੈ। ਇੱਥੇ ਕੀ ਕਰਦਾ ਸੀ? ਅਸੀਂ ਬੜਾ ਪਿਆਰ ਹੈ ਨਾ ਸਾਡਾ ਭਰਾ ਨਾਲ, ਹੈ ਨਾ, ਬਹੁਤ ਪਹਿਲਾਂ ਤੋਂ ਹੀ ਪਿਆਰ ਹੈ, ਅਤੇ ਛੋਟੀ ਜਿਹੀ ਉਮਰ 'ਚ ਇੰਨਾ ਵਧੀਆ ਟੈਲੈਂਟ ਹੈ ਮੁੰਡੇ 'ਚ, ਹੈ ਨਾ, ਅਤੇ ਤੁਸੀਂ ਸਪੋਰਟ ਕਰ ਰਹੇ ਹੋ ਭਾਅ ਜੀ ਅੱਜ। ਹੋਰ ਕਿਤੇ ਪੁੱਤ ਠੀਕ ਆ? ਹਾਂਜੀ ਵਧੀਆ ਵਧੀਆ। ਹੋਰ ਗਾਣਾ ਆ ਗਿਆ ਤੇਰਾ, ਮੈਂ ਸੁਣਿਆ ਸੀ ਗਾਣਾ, ਬੜਾ ਨਹੀਂ ਇੱਕ ਪਹਿਲਾਂ ਵੀ ਆਇਆ ਸੀ ਜਿਹੜਾ ਤੇਰਾ ਗਾਣਾ। ਚਲੋ ਪਹਿਲਾਂ ਹੁਣ ਸ਼ੁਰੂਆਤ ਕਰ ਦੋ ਐਂਡਲੈਸ ਤੋਂ। ਓ ਜੀ ਦੱਸਾਂ ਕਿ ਸਾਲਾਂ ਦੀ ਐ ਜੇ ਬੱਲਿਆ, ਨਾਮ ਮਹਿੰਗੀਆਂ ਬ੍ਰਾਂਡਾਂ ਵਾਂਗੂ ਚੱਲਿਆ, ਬੇਬੇ ਨੇ ਸਗਾਇਆ ਨਾ ਨਜਾਇਜ਼ ਕਰੀ, ਪੁੱਤਾ ਬਾਪੂ ਹੱਕ ਨਾਲ ਖਾਣ ਵਾਲੀ ਗੱਲ ਕਹਿੰਦਾ ਹੈ। ਓ ਜੱਟ ਦੀ ਤਾਂ ਲਾਈਫ ਪੂਰੀ ਐਂਡ ਬੱਲਿਆ, ਤਾਈਆਂ ਐਂਡਲੈਸ ਲੋਕਾਂ ਨਾਲ ਮੇਲ ਰਹਿੰਦਾ ਹੈ। ਲਓ ਜੀ, ਅਤੇ ਫਾਈਨਲੀ ਹੁਣ ਛੋਟਾ ਸਿੰਘਾ ਵੀ ਸਾਨੂੰ ਮਿਲ ਚੁੱਕਿਆ, ਅਤੇ ਮਾਨ ਸਾਹਿਬ ਵੀ ਮਿਲ ਚੁੱਕੇ ਨੇ, ਅਤੇ ਚੰਨੀ ਸਾਹਿਬ ਵੀ ਮਿਲ ਚੁੱਕੇ ਨੇ, ਅਤੇ ਆਓ ਫਿਰ ਉਹਨਾਂ ਨਾਲ ਹੁਣ ਗੱਲਾਂ ਬਾਤਾਂ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਅਤੇ ਹਾਂਜੀ, ਅਤੇ ਹੁਣ ਦੱਸੋ ਸਭ ਤੋਂ ਪਹਿਲਾਂ ਵੀ ਚੰਡੀਗੜ੍ਹ ਆ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਣ ਡਿਆ। ਬਹੁਤ ਜ਼ਿਆਦਾ ਵਧੀਆ ਲੱਗਣ ਡਿਆ ਜੀ। ਹਾਂਜੀ ਹਾਂਜੀ, ਬਹੁਤ ਚੰਨੀ ਸਾਹਿਬ ਵਧੀਆ ਜੀ। ਹਾਂਜੀ, ਅਤੇ ਅੱਜ ਮੈਨੂੰ ਲੱਗਦਾ ਜੀ ਇੱਥੇ ਤੁਸੀਂ ਸਾਰੇ ਟਿਕਟੋਕ ਵਾਲੇ ਇਕੱਠੇ ਹੋ ਗਏ, ਮੈਂ ਤਾਂ ਕੋਈ ਕੱਢਣ ਗਿਆ ਜੀ ਸੱਪ, ਮੈਨੂੰ ਲੱਗਦਾ ਜੀ ਸੱਪ ਵੀ ਕੱਢਣਾ ਇੱਦਾਂ ਹੀ ਆ ਫਿਰ ਯਾਰ। ਜਦੋਂ ਭਰਾ ਬੁਲਾਵੇ ਫਿਰ ਤਾਂ ਆਉਣਾ ਹੀ ਪੈਂਦਾ ਹੈ, ਕਿਉਂਕਿ ਇਹੀ ਤਾਂ ਯਾਰੀ ਆ। ਹਾਂਜੀ ਹਾਂਜੀ, ਉਹ ਯਾਰੀ ਕਾਹਦਾ ਜਿਹੜਾ ਨਾ ਖੜੇ ਕਿ ਨਹੀਂ ਜੀ। ਅੱਛਾ ਜੀ, ਮੈਨੂੰ ਇੱਕ ਗੱਲ ਦੱਸੋ, ਇੱਥੇ ਜਦੋਂ ਤੁਸੀਂ ਵੀ ਟਿਕਟੋਕ, ਤੁਸੀਂ ਸਾਰੀ ਇੱਕ ਟਿਕਟੋਕ ਫੈਮਿਲੀ ਆ, ਤੇ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਕਿੰਨੀ ਕੁ ਖੁਸ਼ੀ ਹੁੰਦੀ ਆ ਮਿਲ ਕੇ ਇੱਕ ਦੂਜੇ ਨੂੰ? ਬਹੁਤ ਜ਼ਿਆਦਾ ਬਾਜਾਂ ਦੇ ਆ ਗਿਆ, ਦਿਲ ਰੂਹ ਖੁਸ਼ ਹੋ ਜਾਂਦੀ ਆ, ਰੂਹ ਖੁਸ਼ ਹੋ ਜਾਂਦੀ ਆ ਜੀ। ਬਹੁਤ ਵਧੀਆ ਲੱਗਦਾ ਮਿਲ ਕੇ, ਹੈ ਨਾ, ਵੀ ਸਾਡਾ ਇੱਕ ਭਰਾ ਮਿਲਿਆ, ਸਮਝ ਲਓ ਵੀ ਇੱਕ ਹਰ ਅੰਦਰ ਬੰਦੇ ਅੰਦਰ ਟੈਲੈਂਟ ਹੈ ਨਾ, ਇਸ ਕਰਕੇ ਮਿਲ ਕੇ ਬੜੀ ਖੁਸ਼ੀ ਹੁੰਦੀ ਆ। ਰਿਲੀਜ਼ ਹੋ ਚੁੱਕਾ ਸੀ ਉਹਦੇ ਪ੍ਰਮੋਸ਼ਨ ਲਈ, ਸਾਰੇ ਭਾਈ ਹੁਣਾਂ ਫੋਨ ਕੀਤਾ, ਹਾਂ ਭਾਜੀ ਦਾ ਸੌਂਗ ਆਇਆ, ਫੋਨ ਕੀਤਾ ਸੀ ਉਹਦੇ ਲਈ, ਭਾਜੀ ਕਹਿੰਦੇ ਪ੍ਰਮੋਸ਼ਨ ਕਰਨੀ ਆ, ਮੈਂ ਕੋਈ ਚੱਕਰ ਨਹੀਂ ਭਰਾ ਆਏ ਆਪਣਾ, ਇਹਦੇ ਸੌਂਗ ਵਾਲੀ ਤਾਂ ਤੂੰ ਉਠਾ ਦੂੰਗੇ, ਕਿਉਂਕਿ ਇੰਨੀ ਛੋਟੀ ਉਮਰ 'ਚ ਐਡਾ ਵੱਡਾ ਟੈਲੈਂਟ, ਬਹੁਤ ਵੱਡੀ ਗੱਲ ਹੈ ਕਿ ਨਹੀਂ ਵੀਰੇ? ਅਤੇ ਫਿਰ ਹੁਣ ਅਸੀਂ ਆਵਾਂਗੇ ਛੋਟੇ ਸਿੰਘੇ ਦੇ ਉੱਤੇ ਫਿਰ ਦੁਬਾਰਾ। ਹਾਂਜੀ, ਅਤੇ ਗਾਣਾ ਆ ਗਿਆ ਸੀ ਐਂਡਲੈਸ, ਹੁਣ ਅਗਲਾ ਕਦੋਂ ਆਉਣਾ ਫਿਰ ਗਾਣਾ? ਆਪਣਾ ਬਾਅਦ ਜਿਹੜਾ ਬਾਅਦ 'ਚ ਕਦੋਂ? ਭਾਬੀ ਭਾਬੀ ਆ ਗਿਆ, ਉਹ ਤਾਂ ਆ ਗਿਆ, ਭਾਬੀ ਆ ਗਿਆ। ਤੁਹਾਡਾ ਕਦੋਂ ਆਉਣਾ ਗਾਣਾ? ਨੈਕਸਟ ਗਾਣਾ ਜਿਹੜਾ ਉਹ ਜੈਂਟਲ ਮੈਨ ਮੈਂ ਬਣ ਗਿਆ, ਵੇਖ ਬਾਪੂ ਤੂੰ ਖੜਕੇ ਧੱਕੇ ਨਾਲ ਮੈਂ ਬੜਿਆ ਨਹੀਂ ਆਪਣਿਆ ਮਿਹਨਤਾਂ ਕਰਕੇ, ਉਹ ਬੋਲਦੇ ਸੀ ਬਹੁਤਾ ਜਿਹੜੇ ਮਿੱਟੀ ਵਿੱਚ ਦੱਬਦੇ ਹੈ, ਉਹ ਦੋਗਲੇ ਸੀ ਬੰਦੇ ਸਾਰੇ ਦੰਦਾਂ ਨਾਲ ਚੱਬਦੇ ਹੈ, ਉਹ ਵੇਖ ਲੈ ਵੈਰੀ ਕੋਲੇ ਹੋ ਗਏ, ਵੇਖ ਲੈ ਵੈਰੀ ਕੋਲੇ ਹੋ ਗਏ, ਉਹ ਕਿੱਦਾਂ ਬੜੀ ਮਿਲਦੀ ਆ। ਅੱਛਾ, ਅੱਜ ਤੁਸੀਂ ਇੱਥੇ ਆਏ ਹੋਏ ਹੋ ਮੋਹਾਲੀ ਦੇ ਵਿੱਚ ਵੀ ਆਰ ਪੰਜਾਬ ਦੇ ਵਿੱਚ, ਇੱਥੇ ਕਈ ਲੋਕਾਂ ਨੇ ਤੁਹਾਨੂੰ ਕਿਹਾ ਹੋਣਾ ਫੋਟੋ ਖਿਚਾਓ ਮੇਰੇ ਨਾਲ, ਕਿਹਾ ਸੀਗਾ? ਤੇ ਵਧੀਆ ਲੱਗਿਆ ਦੇਖ ਕੇ? ਬਹੁਤ ਵਧੀਆ ਲੱਗਿਆ। ਹਾਂਜੀ, ਤੇ ਟਿਕਟੋਕ ਵਾਲਾ ਦਾ ਧੰਨਵਾਦ ਕਰਨਾ ਚਾਹੋਗੇ? ਹਾਂਜੀ, ਧੰਨਵਾਦ ਕਰ ਦੋ ਟਿਕਟੋਕ ਵਾਲਾ ਵੀ, ਟਿਕਟੋਕ ਜਿਹਨੇ ਬਣਾਈ ਆ ਉਹਦਾ ਬਹੁਤ ਬਹੁਤ ਧੰਨਵਾਦ, ਟਿਕਟੋਕ ਬਣਾਈ ਆ ਜਿਹਨੇ ਟਿਕਟੋਕ ਐਪਲੀਕੇਸ਼ਨ ਬਣਾਈ ਆ ਨਾ ਉਹਨਾਂ ਦਾ ਧੰਨਵਾਦ ਕਰ ਦੋ। ਹਾਂਜੀ, ਤੇ ਜਿਹੜੇ ਤੁਹਾਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਧੰਨਵਾਦ ਕਰ ਦੇ। ਲਵ ਯੂ ਹੈ ਟਿਕਟੋਕ ਵਾਲਿਆਂ ਨੂੰ ਜਿਹਨੇ ਐਪ ਬਣਾਈ ਤੇ ਛੋਟੇ ਸਿੰਘੇ ਨੂੰ ਅੱਗੇ ਲਿਆਈ। ਅੰਚਾਲੇ ਬਾਈ
ਸਾਰਿਆਂ ਦਾ ਦਿਲੋਂ ਧੰਨਵਾਦ ਜਿੰਨਾ ਸਾਡੇ ਸੌਂਗ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ। ਹਾਂਜੀ ਅਤੇ ਤੁਸੀਂ ਤਾਂ ਬਾਈ ਪਹਿਲਾਂ ਵੀ ਸਾਡੀ ਇੰਟਰਵਿਊ ਕਰਕੇ ਗਏ ਹੋ ਵੀ ਤੁਹਾਨੂੰ ਵੀ ਕਿ ਵਾਰ ਵਾਰ ਹੀ ਸਾਡੇ ਕੋਲ ਆਉਂਦੇ ਤੁਸੀਂ। ਹਾਂਜੀ ਅਤੇ ਬਾਕੀ ਹਾਂਜੀ ਹਾਂਜੀ ਅਤੇ ਜਦੋਂ ਅਸੀਂ ਪਿਛਲੀ ਵਾਰੀ ਮਿਲੇ ਸੀ ਛੋਟੇ ਸਿੰਘੇ ਨੂੰ ਤਾਂ ਗੱਲਾਂ ਹੋਈ ਸੀਗੀਆਂ ਕਿ ਇੱਕ ਜਿਹੜੀ ਕਿ ਫਿਲਮ ਇਹਦੀ ਆਉਣੀ ਹੈ ਸਿਮਰਨ ਦੇ ਨਾਲ, ਅਤੇ ਉਹਦੀ ਕੁਛ ਸਾਨੂੰ ਅਪਡੇਟ ਦਿਓ, ਕੋਈ ਅਪਡੇਟ ਕਿ ਕਦੋਂ ਸ਼ੁਰੂ ਹੋਣੀ ਹੈ ਫਿਲਮ? ਬਾਈ ਥੋੜ੍ਹੇ ਟਾਈਮ ਤੱਕ ਹੋ ਜਾਣੀ ਹੈ ਅਤੇ ਇੱਕ ਦਿਲਜੀਤ ਦੀ ਦਿਲਜੀਤ ਬਾਈ ਦੀ ਮੂਵੀ ਦੀ ਗੱਲਬਾਤ, ਹਾਂ ਗੱਲਬਾਤ ਸਾਡੀ ਹੋਈ ਆ। ਦੇਖੋ ਹੁਣ ਕਿਹੜੀ ਮੂਵੀ ਦੀ ਗੱਲ ਹੋਈ ਹੈ? ਪਤਾ ਨਹੀਂ ਆ, ਉਹਨਾਂ ਸੰਦੀਪ ਬਾਈ ਨਾਲ ਹੋਈ ਸੀ ਗੱਲ ਅਤੇ ਗੱਲਬਾਤ ਕੀਤੀ ਸੀ ਅਤੇ ਆਪਣੇ ਮੈਂਡੀ ਭਾਈ ਹੋਣਾ ਫਨਕਾਰ ਰੈਪ ਕੀਤਾ ਸੀ ਅਤੇ ਸੌਂਗ 'ਚ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਨੂੰ ਸੌਂਗ। ਹਾਂਜੀ ਅਤੇ ਤੂੰ ਜੁਦਾ ਪਰ ਮਿਲਾਂਗੇ ਜ਼ਰੂਰ, ਉਹਦੀ ਕੋਈ ਅਪਡੇਟ ਦੋ ਸਾਨੂੰ ਜਿਹੜੀ ਕਿ ਸਿਮਰਨ ਦੀ ਫਿਲਮ ਆਣੀ ਹੈ? ਹਾਂ ਹਜੇ ਤੱਕ ਤਾਂ ਬਾਈ ਕੋਈ ਨਹੀਂ ਹੈ। ਹਾਂਜੀ ਗੱਲ ਨਾਲ ਸ਼ੂਟ ਚੱਲਦਾ ਪਿਆ ਉਹਨਾਂ ਦਾ। ਅੱਛਾ, ਹਜੇ ਤੱਕ ਉਹਨਾਂ ਮਤਲਬ ਕੁਛ ਦੱਸਿਆ ਨਹੀਂ ਸਾਨੂੰ। ਹਾਂਜੀ ਜਦੋਂ ਵੀ ਸਾਨੂੰ ਪਰ ਜਦੋਂ ਉਹ ਤੁਹਾਨੂੰ ਫੋਨ ਕਰਨਗੇ ਤੁਸੀਂ ਉਦੋਂ ਹੀ ਚਲੇ ਜਾਓਗੇ ਉਹਨਾਂ ਲੈ ਕੇ? ਉਹਦੇ ਆਪਾਂ ਚਲੇ ਜਾਣਾ। ਹਾਂਜੀ ਕਿ ਇਹਦੀ ਸਟੱਡੀ ਸਟੂਡੀ ਵਗੈਰਾ ਤਾਂ ਸਭ ਕੁਝ ਚੱਲਦੀ ਆ, ਉਹ ਤੁਹਾਨੂੰ ਪਤਾ ਹੀ ਆ, ਬਾਕੀ ਲੋਕ ਸਾਨੂੰ ਕਮੈਂਟ ਵੀ ਕਰਦੇ ਨੇ। ਹਾਂਜੀ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਵੀ ਦੱਸੀ ਸੀ ਕਿ ਲੋਕ ਇਹਨੂੰ ਪੜ੍ਹਾਉਂਦੇ ਵੀ ਹੋਗੇ, ਕਹਿੰਦੇ ਟਿਕਟੋਕ ਬਣਾਉਂਦੇ, ਅਤੇ ਉਹਨੂੰ ਕਮੈਂਟ ਜਿਹੜਾ ਸਿਲਸਿਲਾ ਉਹ ਘੱਟ ਗਿਆ ਕਿ ਹੁਣ? ਨਹੀਂ ਨਹੀਂ ਹੁਣ ਤਾਂ ਕਾਫੀ ਜ਼ਿਆਦਾ ਪਿਆਰ ਮਿਲਦਾ ਵਾ, ਹੁਣ ਤਾਂ ਕਮੈਂਟ ਬੈਡ ਕਮੈਂਟ ਕੁਛ ਨਹੀਂ ਆਉਂਦੇ ਹੈਗੇ, ਵਧੀਆ ਰਿਸਪੋਂਸ ਮਿਲਦਾ ਪਿਆ ਵਾ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਟੱਡੀ ਤਾਂ ਜ਼ਰੂਰੀ ਹੈ। ਹਾਂਜੀ ਹਾਂਜੀ ਅਤੇ ਮਾਣ ਹੁੰਦਾ ਜੀ? ਮਾਣ ਪੂਰਾ ਪੂਰਾ ਦੱਸ ਜੀ, ਮਾਣ ਹੁੰਦਾ ਪੂਰਾ ਹੁੰਦਾ ਮਾਣ। ਹਾਂਜੀ ਅਤੇ ਚੰਨੀ ਸਾਹਿਬ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਏ, ਹੈ ਨਾ ਜੀ। ਅਤੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਕਿਸੇ ਦਿਨ ਤੁਸੀਂ ਵੀ ਸਾਨੂੰ ਇਕੱਲਿਆਂ ਨੂੰ ਮਿਲੋ ਅਤੇ ਅਸੀਂ ਇਕੱਠੇ ਚਾਹ ਦਾ ਪਿਆਲਾ ਸਾਂਝਾ ਕਰੀਏ, ਇੰਟਰਵਿਊ ਵੀ ਕਰੀਏ ਤੁਹਾਡੇ ਨਾਲ, ਹੈ ਨਾ ਜੀ। ਅਤੇ ਛੋਟੇ ਸਿੰਘ ਨੂੰ ਅਸੀਂ ਪਹਿਲਾਂ ਵੀ ਮਿਲ ਚੁੱਕੇ ਹਾਂ ਅਤੇ ਅੱਜ ਦੂਜੀ ਵਾਰੀ ਮਿਲਦੇ, ਹੈ ਨਾ ਜੀ। ਅਤੇ ਮਾਨ ਸਾਹਿਬ ਤੁਸੀਂ ਵੀ ਜਾਂਦੇ ਜਾਂਦੇ ਜਿਹੜੇ ਕਿ ਸਾਡੇ ਦਰਸ਼ਕ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਸ ਇੱਕੋ ਗੱਲ ਹੈ, ਲਵ ਯੂ ਆਈ ਸਾਨੂੰ ਸਾਰਿਆਂ, ਇੰਨਾ ਜ਼ਿਆਦਾ ਪਿਆਰ ਦਿੰਦੇ ਸਾਡੀਆਂ ਸਾਰੀਆਂ ਵੀਡੀਓ ਸਾਡੇ ਸਾਹਮਣੇ ਵੀ ਇੰਨਾ ਜ਼ਿਆਦਾ ਪਿਆਰ ਦਿੱਤਾ। ਅਤੇ ਤੁਹਾਨੂੰ ਵੀ ਭਾਜੀ ਲਵ ਯੂ ਹੈ, ਜਿਹੜਾ ਸਾਡਾ ਇੰਟਰਵਿਊ ਲੈ ਕੇ ਸਾਨੂੰ ਸਾਰਿਆਂ ਨਾਲ ਮਿਲਾਉਂਦੇ ਹਾਂ ਨਾ, ਫੇਮਸ ਪੰਜਾਬ ਟੀਵੀ, ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡੀ ਸ਼ੇਅਰ ਸਪੋਰਟ ਜ਼ਰੂਰ ਕਰਿਓ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਹੁਣ ਜਾਂਦੇ ਜਾਂਦੇ ਅਸੀਂ ਛੋਟੇ ਸਿੰਘਾਂ ਦਾ ਗਾਣਾ ਜ਼ਰੂਰ ਸੁਣਾਂਗੇ, ਉਹ ਤਾਂ ਕਿਹੜਾ ਗਾਣਾ ਸੁਣਾਓਗੇ? ਲੁਟੇਰਾ ਸੁਣਾਓਗਾ। ਲੁਟੇਰਾ ਸੁਣਾਤਾ ਸੀਗਾ, ਹੁਣ ਕਿਹੜਾ ਸੁਣਾਓਗੇ? ਸਿੰਘਾਂ ਦਾ ਕਿਹੜਾ ਸੁਣਾਓਗੇ? ਐਦਾਂ ਦੇ ਮੈਂ ਕੰਮ ਕੁਝ ਕਰੇ ਹੋਏ ਆ, ਬੀਬੀ ਸੀ ਦੇ ਉੱਤੇ ਯਾਰ ਹੁਣ ਚੜ ਚਾਹੇ, ਅੱਜ ਤੱਕ ਵਾਲੇ ਹੱਡ ਲੈਣ ਮੰਗਦੇ, ਉਹ ਘਰ ਦੇ ਵੀ ਮੰਗਦੇ ਹੱਡ ਮੇਰੇ ਤੋਂ, ਉਹ ਡੋਗਰਾ ਮੇਰੇ ਫੈਨ ਮੰਗਦੇ, ਤਾਂ ਉਹ ਤਾਂ ਪਤਾ ਜਿਹਦੇ ਸੀ ਸਿਰ ਪਾੜੇ ਹਾਂ, ਤੂੰ ਤਾਂ ਕੋਈ ਪੈਂਦੀ ਆਈ ਤਾਂ ਕੁੱਪ ਲਈਏ, ਉਹ ਜਿੱਦਾਂ ਦੇ ਆ ਕੇ ਸਭ ਵਿੱਚੋਂ ਯਾਰ ਬਣੀ ਹੋਇਆ ਤਾਂ ਯਾਰ ਤੇਰੇ ਨਾਲ ਕੁੱਪ ਲਈਏ। ਮੰਗਦੇ ਆ ਡੋਗਰਾ, ਸੱਚੀ ਮੰਗਦੇ ਆ? ਹਾਂਜੀ। ਕਦੋਂ ਮੰਗਦੇ ਆ? ਕਰਕੇ ਦੱਸਿਆ ਕਿਵੇਂ ਦਿੰਦੇ ਆ ਡੋਗਰਾ? ਚੰਨੀ ਸਾਹਿਬ, ਮਾਨ ਸਾਹਿਬ ਅਤੇ ਛੋਟਾ ਸਿੰਘਾ, ਅਤੇ ਇਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਟਿਕਟੋਕ 'ਤੇ ਪਿਆਰ ਵੀ ਕਰ ਰਹੇ ਹੋ, ਅਤੇ ਸਾਡੇ ਇੰਟਰਵਿਊ ਨੂੰ ਦੇਖਦੇ ਰਹੋ ਅਤੇ ਸਾਡੇ ਚੈਨਲ ਨੂੰ ਵੀ ਦੇਖਦੇ ਰਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ ਇੱਕ ਵਧੀਆ ਜਿਹਾ ਹੋਰ ਟਿਕਟੋਕ ਸਟਾਰ ਲੈ ਕੇ ਤੁਹਾਡੇ ਸਾਹਮਣੇ। ਥੈਂਕ ਯੂ ਸੋ ਮੱਚ। ਆਈ ਲਵ ਆਯੁਸ਼ਮਾਨ, ਆਈ ਲਵ ਯੂ ਆਯੁਸ਼ਮਾਨ, ਆਈ ਲਵ ਆਯੁਸ਼ਮਾਨ, ਆਈ ਲਵ ਆਯੁਸ਼ਮਾਨ।